ਜਾਲੀ ਡਿਗਰੀਆਂ ਬਣਾਉਣ ਵਾਲੇ ਗਿਰੋਹ ਦਾ ਹੋਇਆ ਪਰਦਾਫਾਸ਼। ਪੁਲਿਸ ਨੇ ਗਿਰੋਹ ਦੇ ਮਾਸਟਰਮਾਈਂਡ ਨੂੰ ਕੀਤਾ ਗ੍ਰਿਫਤਾਰ। ਜਾਲੀ ਡਿਗਰੀਆਂ ਬਣਾ ਕੇ ਲੋਕਾਂ ਦੇ ਨਾਲ ਧੋਖਾਧੜੀ ਕਰਨ ਵਾਲੇ ਗਿਰੋਹ ਦਾ ਪੁਲਿਸ ਦੇ ਵੱਲੋਂ ਪਰਦਾਫਾਸ਼ ਕੀਤਾ ਗਿਆ। ਜਿੱਥੇ ਸਾਲਾਂ ਦੀ ਮਿਹਨਤ ਕਰਕੇ ਲੋਕ ਡਿਗਰੀਆਂ ਹਾਸਲ ਕਰਦੇ ਨੇ ਤੇ ਇਹ ਮੋਟੀ ਰਕਮ ਲੈ ਕੇ ਜਾਲੀ ਡਿਗਰੀਆਂ ਬਣਾ ਦਿੰਦੇ ਨੇ, ਜਿਸ ਦੇ ਵਿੱਚ ਇਹ ਮਨ ਚਾਹੇ ਨੰਬਰ ਲਗਾ ਦਿੰਦੇ ਨੇ, ਜਿਸ ਦੇ ਨਾਲ ਮਿਹਨਤ ਕਰਨ ਵਾਲੇ ਲੋਕਾਂ ਦੇ ਨਾਲ ਧੋਖਾ ਹੁੰਦਾ। ਪਰ ਹੁਣ ਪੁਲਿਸ ਨੇ ਇਸ ਗਿਰੋਹ ਦੇ ਮਾਸਟਰਮਾਈਂਡ ਨੂੰ ਕਾਬੂ ਕਰ ਲਿਆ। ਪੂਰਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ, ਜਿੱਥੇ ਪੁਲਿਸ ਨੇ ਜਾਲੀ ਡਿਗਰੀਆਂ ਬਣਾਉਣ ਵਾਲੇ ਰੈਕਟ ਨੂੰ ਕਾਬੂ ਕੀਤਾ ਤੇ ਇਸ ਦੇ ਮਾਸਟਰਮਾਈਂਡ ਨੂੰ ਵੀ ਗ੍ਰਿਫਤਾਰ ਕਰ ਲਿਆ। ਤਾਂ ਮੌਕੇ ਤੋਂ ਪੁਲਿਸ ਨੂੰ 196 ਜਾਲੀ ਡਿਗਰੀਆਂ, 53 ਜਾਲੀ ਸਟੈਂਪ, 56 ਲੈਪਟਾਪ, 3 ਪ੍ਰਿੰਟਰ, 1 ਸਟੈਂਪ ਮਸ਼ੀਨ ਅਤੇ 8 ਮੋਬਾਈਲ ਫੋਨ ਬਰਾਮਦ ਕੀਤੇ ਨੇ, ਜਿਸ ਦੇ ਨਾਲ ਇਹਨਾਂ ਦੇ ਵੱਲੋਂ ਇਹ ਜਾਲੀ ਡਿਗਰੀਆਂ ਬਣਾਈਆਂ ਜਾਂਦੀਆਂ ਸੀ। ਤਾਂ ਇਹਨਾਂ ਦੇ ਵੱਲੋਂ ਇੰਜੀਨੀਅਰਿੰਗ, ਮੈਡੀਕਲ ਅਤੇ ਹੋਰ ਪ੍ਰਬੰਧਕ ਸਮੇਤ ਵੱਖ ਵੱਖ ਕੋਰਸਾਂ ਦੀਆਂ ਇਹ ਜਾਲੀ ਡਿਗਰੀਆਂ ਤਿਆਰ ਕੀਤੀਆਂ ਜਾਂਦੀਆਂ ਸੀ। ਤਾਂ ਦੱਸ ਦਈਏ ਕਿ ਇਹਨਾਂ ਦੇ ਵੱਲੋਂ ਇਹ ਘੁਟਾਲਾ ਪੰਜਾਬ, ਹਰਿਆਣਾ, ਰਾਜਸਥਾਨ, ਯੂਪੀ ਅਤੇ ਕਈ ਹੋਰ ਰਾਜਾਂ ਤੱਕ ਚਲਾਇਆ ਜਾ ਰਿਹਾ ਸੀ। ਤਾਂ ਪੁਲਿਸ ਦੇ ਜਾਂਚ ਦੇ ਵਿੱਚ ਪਤਾ ਲੱਗਿਆ ਕਿ ਇਹਨਾਂ ਦਾ ਪੂਰੇ ਦੇਸ਼ ਦੇ ਵਿੱਚ ਇੱਕ ਨੈੱਟਵਰਕ ਫੈਲਿਆ ਹੋਇਆ, ਜਿਸ ਦੇ ਨਾਲ ਇਹ ਜਾਲੀ ਡਿਗਰੀਆਂ ਤਿਆਰ ਕਰਦੇ ਸੀ। ਪਰ ਹੁਣ ਪੁਲਿਸ ਦੇ ਵੱਲੋਂ ਇਸ ਦੇ ਮਾਸਟਰਮਾਈਂਡ ਨੂੰ ਕਾਬੂ ਕਰ ਲਿਆ ਗਿਆ। ਇੱਕ ਜੀ ਫੇਕ ਜਿਹੜੇ ਸਰਟੀਫਿਕੇਟਸ ਅਤੇ ਸਟੈਂਪਿੰਗ ਬਣਾਉਣ ਵਾਲੇ ਜਿਹੜੇ ਗਿਰੋਹ ਦਾ ਪਰਦਾਫਾਸ਼ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਕੀਤਾ ਗਿਆ ਹੈਗਾ। ਜਲੰਧਰ ਪੁਲਿਸ ਦੀ ਜਿਹੜੀ PS ਸਦਰ ਦੀ ਜਿਹੜੀ ਟੀਮ ਹੈਗਾ, ACP ਕੈਂਟ ਦੇ ਸੁਪਰਵਿਜ਼ਨ ਹੇਠ ਇਹਨਾਂ ਨੇ ਬਹੁਤ ਹੀ ਵਧੀਆ ਕੰਮ ਕੀਤਾ ਹੈਗਾ, ਜਿਹਦੇ 'ਚ ਅਸੀਂ ਜਿਹੜੇ ਦੋ ਬੰਦੇ ਹੈਗੇ, ਪੁਸ਼ਕਰ ਅਤੇ ਵਰਿੰਦਰ, ਇਹਨਾਂ ਨੂੰ ਜਿਹੜਾ ਅਰੈਸਟ ਕੀਤਾ ਹੈਗਾ। ਇਹਨਾਂ ਕੋਲੋਂ 196 ਫੇਕ ਸਟੈਂਪਸ, ਫੇਕ ਡਿਗਰੀਸ, 53 ਫੇਕ ਸਟੈਂਪਸ, 16 ਪਾਸਪੋਰਟ, 6 ਲੈਪਟਾਪ, 3 ਪ੍ਰਿੰਟਰ, 1 ਸਟੈਂਪ ਮੇਕਿੰਗ ਮਸ਼ੀਨ ਅਤੇ 8 ਮੋਬਾਈਲ ਫੋਨ ਹੈ ਅਸੀਂ ਇਹ 'ਚ ਇਹਨਾਂ ਤੋਂ ਸੀਜ਼ ਕੀਤੇ ਹੈਗੇ। ਆਹ ਦੇਖੀ ਬੇਸਿਕਲੀ ਜਿੰਨੇ ਵੀ ਐਜੂਕੇਸ਼ਨ ਇੰਸਟੀਟਿਊਟ ਹੈਗੇ, ਡਾਕਟਰਸ ਹੈਗੇ, ਬੈਂਕਸ ਹੈਗੇ, CAs ਹੈਗੇ, ਵਟਐਵਰ ਜਿਹੜੇ ਹੈਗੇ ਪ੍ਰੋਫੈਸ਼ਨਲ ਜਿਹੜੇ ਹੈਗੇ, ਜਿਹੜੀ ਡਿਗਰੀਜ਼ ਹੈ ਅਤੇ ਜਿਹੜੇ ਡਾਕੂਮੈਂਟੇਸ਼ਨ ਹੈ, ਆ ਫੇਕ ਜਿਹੜੇ ਹੈਗੇ ਕਰਦੇ ਹੈਗੇ। ਇਹਨਾਂ ਤੋਂ ਜਿਹੜਾ ਇੰਕਰੀਮੈਂਟਿੰਗ ਮਟੀਰੀਅਲ ਜਿਹੜਾ ਬਰਾਮਦ ਹੋਇਆ ਹੈਗਾ, ਅਸੀਂ ਫੋਰੈਂਸਿਕਸ ਲਈ ਭੇਜ ਰਹੇ ਹੈਗੇ ਔਰ ਇਹਦੇ 'ਚ ਅਸੀਂ ਡੀਪਲੀ ਇਨਵੈਸਟੀਗੇਟ ਕਰਾਂਗੇ, ਕਿਉਂਕਿ ਮੈਟਰ ਬੜਾ ਸੀਰੀਅਸ ਹੈਗਾ। ਤੋ ਇਹਨੂੰ ਦੇਖ ਕੇ ਅੱਗੇ ਜਿਹੜੀ ਫਰਦਰ ਹੈਗੀ ਇਹਨਾਂ ਦੀ, ਅਸੀਂ ਅੱਜ ਇਹਨਾਂ ਨੂੰ ਫਰਦਰ ਪੁਲਿਸ ਰਿਮਾਂਡ 'ਚ ਲੈਣ ਦੀ ਅਸੀਂ ਜਿਹੜੀ ਹੈਗੀ ਰਿਕੁਐਸਟ ਦੇਵਾਂਗੇ, ਇਹਨਾਂ ਨੂੰ ਫਰਦਰ ਇਨਵੈਸਟੀਗੇਟ। ਇਹਨਾਂ ਤੋਂ ਪਹਿਲੇ ਵੀ ਮਾਮਲਾ ਦਰਜ? ਦੇਖੋ ਜੀ, ਇਹਦੇ 'ਚ ਜਿਹੜਾ ਪੁਸ਼ਕਰ ਗੋਇਲ ਹੈ ਉਹਦੇ 'ਚ 2 ਪਰਚਾ ਪਹਿਲਾਂ ਦਰਜ ਹੈਗਾ। ਦ ਪ੍ਰੀਵੀਅਸ FIR, ਇੱਕ FIR ਡਿਵੀਜ਼ਨ ਨੰਬਰ 7 ਕਮਿਸ਼ਨਰੇਟ ਪੁਲਿਸ ਜਲੰਧਰ ਦੀ ਹੈਗੀ, ਉਹ ਵੀ ਸੇਮ ਅੰਡਰ ਸੈਕਸ਼ਨ 420, 469, 468, ਫੌਜਰੀ ਅਤੇ ਚਿਟਿੰਗ ਤੋਂ ਰਿਲੇਟਡ ਹੈ। ਅਦਰ ਜਿਹੜੀ FIR ਹੈ ਉਹ PS ਬਰਨਾਲਾ ਸਿਟੀ ਦੀ ਹੈਗੀ, ਉਹਦੇ 'ਚ ਵੀ 420 ਦਾ ਜਿਹੜਾ ਹੈਗਾ ਇੱਕ ਪਰਚਾ ਇਹਦੇ 'ਚ ਦਰਜ ਹੈਗਾ। ਦੂਜੇ ਦੀ ਐਜ ਆਫ ਨਾਓ ਪ੍ਰੀਵੀਅਸ ਕ੍ਰਿਮੀਨਲ ਹਿਸਟਰੀ ਨਹੀਂ ਪਾਈ ਗਈ। ਸਟੈਂਪਸ ਵਗੈਰਾ ਮਿਲੀ ਹੈ ਬੈਂਕ ਵਗੈਰਾ ਦੀ, ਇਹਨੂੰ ਕੋਈ ਬੈਂਕ ਦਾ ਮੁਲਾਜ਼ਮ ਜਾਂ ਹੋਰ ਸਰਕਾਰੀ ਮੁਲਾਜ਼ਮ ਕੋਈ ਬਿਨ ਬੋਲਦਾ ਹੈਗਾ? ਇਸਮੇਂ ਇਹ ਬੜਾ ਹੀ ਸੀਰੀਅਸ ਵਿਊ ਹੈ ਐਂਡ ਸੀਰੀਅਸ ਮੈਟਰ ਹੈ। ਔਰ ਇਸਮੇਂ ਵਟ ਐਵਰ ਜੋ ਵੀ ਇਸਮੇਂ ਇਨਵੋਲਵ ਹੋਗਾ ਹਮ ਸਭਕੋ। ਸਰ ਟਾਈਅਪ ਕਿੱਦਾਂ ਕਰਦੇ ਸੀ ਪਬਲਿਕ ਨਾਲ? ਦੇਖੋ ਜੀ, ਅਭੀ ਤੋਂ ਅਸੀਂ ਅਰੈਸਟ ਕੀਤਾ ਹੈਗਾ, ਐਜ ਆਫ ਨਾਓ ਇਨਵੈਸਟੀਗੇਸ਼ਨ ਜਿਹੜੀ ਹੈਗੀ ਫਰਦਰ ਤਫਤੀਸ਼, ਬਾਕੀ ਇਹਨਾਂ ਦੀ ਇੰਟਰੋਗੇਸ਼ਨ ਦੇਖ ਕੇ ਜਿਹੜੀ ਇਹਨਾਂ ਦੀ ਮੋਡਸ ਆਪਰੈਂਡੀ ਹੈਗੀ, ਉਹ ਕਿਹੜੇ ਕਿਹੜੇ ਬੰਦੇ, ਕੌਣ ਕੌਣ ਇਨਵੋਲਵ ਹੈਗਾ ਔਰ ਕਿਸ ਤਰੀਕੇ, ਕਿਸ ਡੈਥ ਨਾਲ ਕੰਮ ਕਰਦਾ ਸੀ, ਉਹ ਅਸੀਂ ਇਸ ਚੀਜ਼ ਨੂੰ ਪਤਾ।